ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੋਖ ਤੁਖਾਰ ਨ ਵਯਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਈ ਸਿਵਾਸੂ ਅੰਮੀਲਾਹ ਵਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣ ਗਾ ਜਿਹ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਾਰ ਗਹਿ ਲੀਨੀ ਪਾਰ ਬ੍ਰਹਮ ਬਾਉੜ ਨ ਵਿਛੜਿਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾ ਸਰਮ ਪਈ ਨਾਰਾਇਣੈ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਤਾਂਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਅਰਜਨ ਸਾਹਿਬ ਜੀ ਦਾ ਉਹ ਪੋ ਦੇ ਮਹੀਨੇ ਨਾਲ ਸੰਬੰਧਿਤ ਜਿਹੜਾ ਫਰਮਾਨ ਹੈ ਮਾਜਰਾਗ ਦੇ ਅੰਦਰ 12 ਮਹਾਮਾਜ ਦੇ ਵਿੱਚ ਉਸ ਦੀ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ 12 ਮਹਾਮਾਜ ਦੇ ਵਿੱਚ 11ਵੀਂ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ ਪੋਖ ਤੁਖਾਰ ਨਾ ਵਿਆਪਾਈ ਮਹਾਰਾਜ ਜੀ ਕਹਿੰਦੇ ਨੇ ਪੂਦੇ ਮਹੀਨੇ ਵਿੱਚ ਤੁਖਾਰਤ ਅਰਥ ਹੈ ਠੰਡ ਉਹਨਾਂ ਨੂੰ ਠੰਡ ਨਹੀਂ ਵਿਆਪਦੀ ਕੰਠ ਮਿਲਿਆ ਹਰਨਾ ਜਿਨ੍ਹਾਂ ਨੇ ਵਾਹਿਗੁਰੂ ਦਾ ਵਾਹਿਗੁਰੂ ਨੂੰ ਆਪਣੇ ਕੰਠ ਦਾ ਹਾਰ ਬਣਾਇਆ ਹੈ ਭਾਵ ਕੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਨੂੰ ਪੂਦੇ ਮਹੀਨੇ ਵਿੱਚ ਠੰਡ ਨਹੀਂ ਵਿਆਪਦੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵੇ ਉਸ ਨੂੰ ਫਿਰ ਦੁਨੀਆ ਦੇ ਦੁੱਖ ਸੁੱਖ ਵਿਆਪ ਦੇ ਨਹੀਂ ਉਹ ਵਾਹਿਗੁਰੂ ਦੇ ਬਾਣੇ ਵਿੱਚ ਜਿਉਣਾ ਸਿੱਖ ਜਾਂਦਾ ਹੈ ਇਸੇ ਪ੍ਰਕਾਰ ਉਸ ਉੱਤੇ ਗਰਮੀ ਸਰਦੀ ਆਦਿਕ ਕੋਈ ਅਸਰ ਨਹੀਂ ਕਰਦੇ ਅਤੇ ਉਸ ਨੂੰ ਠੰਡ ਵੀ ਨਹੀਂ ਵਿਆਪਦੀ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਜਿਸ ਨੂੰ ਵਾਹਿਗੁਰੂ ਦੇ ਦਰਸ਼ਨ ਦੀ ਪਿਆਸ ਲੱਗ ਜਾਵੇ ਗੁਰੂ ਪਿਆਰਿਓ ਉਹ ਮਨੁੱਖ ਜਿਹੜਾ ਹੈ ਨਾ ਉਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਵਿੰਨਿਆ ਜਾਂਦਾ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਵਾਹਿਗੁਰੂ ਦੇ ਨਾਮ ਦੇ ਨਾਲ ਸੀਤਾ ਪਰੋਤਾ ਰਹਿੰਦਾ ਹੈ ਜਿਵੇਂ ਅਸੀਂ ਪੜਦੇ ਹਾਂ ਦਿੱਥਾ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਏ ਇਹ ਅਵਸਥਾ ਉਹਦੀ ਹੋ ਜਾਂਦੀ ਹੈ ਜਿਸ ਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਇਹ ਜਿਹੜੀ ਅਵਸਥਾ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀ ਕਹਿਣ ਕਥਨ ਤੋਂ ਪਰੇ ਹੈ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾ ਤੇ ਐਸੇ ਜਿਹੜੇ ਮਨੁੱਖ ਨੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਵਾਹਿਗੁਰੂ ਦੀ ਓਟ ੱੱਕੀ ਹੈ ਗੋਵਿੰਦ ਦਾ ਅਰਥ ਹੈ ਧਰਤੀ ਨੂੰ ਪੈਦਾ ਕਰਨ ਵਾਲਾ ਗੋਪਾਲ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਭਾਵ ਕਿ ਸਾਰੀ ਕਾਇਨਾਤ ਨੂੰ ਸਰਜਣ ਵਾਲਾ ਤੇ ਪਾਲਣਹਾਰ ਪਾਲਣ ਕਰਨ ਵਾਲਾ ਵਾਹਿਗੁਰੂ ਜਿਸ ਨੇ ਉਸ ਵਾਹਿਗੁਰੂ ਦੀ ਓਟ ਲਈ ਹੈ ਓਟ ਆਸਰੇ ਵਿੱਚ ਜਿਸ ਨੇ ਵਾਹਿਗੁਰੂ ਦਾ ਆਸਰਾ ਧੱਕਿਆ ਹੈ ਗੁਰੂ ਪਿਆਰੀ ਸਾ ਸੰਗਤ ਜੀ ਉਹ ਵਾਹਿਗੁਰੂ ਦੇ ਸੇਵਾ ਕਰਕੇ ਪਾਉ ਉਸ ਦਾ ਨਾਮ ਜਪ ਕੇ ਲਾਹਾ ਪ੍ਰਾਪਤ ਕਰਦਾ ਹੈ ਵਾਹਿਗੁਰੂ ਦਾ ਓਟ ਆਸਰੇ ਵਿੱਚ ਉਹ ਸੇਵਾ ਕਰਕੇ ਲਾਭ ਪ੍ਰਾਪਤ ਕਰਦਾ ਹੈ ਸੇਵਾ ਗੁਰੂ ਪਿਆਰੀ ਸਾ ਸੰਗਤ ਜੀ ਕਈ ਤਰ੍ਹਾਂ ਦੀ ਹੁੰਦੀ ਹੈ ਹੱਥੀ ਸੇਵਾ ਹੁੰਦੀ ਹੈ ਇੱਕ ਨਾਮ ਦੀ ਸੇਵਾ ਹੁੰਦੀ ਹੈ ਇੱਕ ਮਨੁੱਖਤਾ ਦੀ ਸੇਵਾ ਹੁੰਦੀ ਹੈ ਗੁਰੂ ਪਿਆਰੀ ਸਾ ਸੰਗਤ ਜੀ ਆਦਿਕ ਸਾਰੀਆਂ ਸੇਵਾਵਾਂ ਕਰਕੇ ਉਹ ਵਾਹਿਗੁਰੂ ਦਾ ਵਾਹਿਗੁਰੂ ਦਾ ਓਟ ਆਸਰਾ ਤੱਕਦਾ ਹੈ ਮਹਾਰਾਜ ਜੀ ਕਹਿੰਦੇ ਨੇ ਉਸ ਨੂੰ ਲਾਭ ਪ੍ਰਾਪਤ ਹੁੰਦਾ ਹੈ ਲਾਹਾ ਮਿਲਦਾ ਹੈ ਲਾਹਾ ਘਟਿਆ ਜਾਂਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਵਿਖਿਆ ਪੋਹ ਨਹੀਂ ਸਕਈ ਮਿਲ ਸਾਧੂ ਗੁਣਗਾਹ ਜਿਹੜੇ ਮਨੁੱਖ ਗੁਰੂ ਦੀ ਸੰਗਤ ਕਰਕੇ ਸੰਤ ਜਨਾਂ ਦੀ ਸੰਗਤ ਕਰਕੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਵਿਖਿਆ ਜ਼ਹਿਰ ਭਾਵ ਮਾਇਆ ਰੂਪ ਜਿਹੜਾ ਜ਼ਹਿਰ ਹੈ ਮਾਇਆ ਮੂਹ ਵਿਕਾਰ ਆਦਿਕ ਉਹਨਾਂ ਨੂੰ ਪੋ ਨਹੀਂ ਸਕਦੇ ਪਾਪ ਕੇ ਉਹਨਾਂ ਨੂੰ ਮਾਸਾ ਥੋੜਾ ਜਿਹਾ ਵੀ ਨੁਕਸਾਨ ਜਿਹੜੇ ਨੇ ਉਹ ਵਿਕਾਰ ਵਿਖਿਆ ਆਦਿਕ ਨਹੀਂ ਪਹੁੰਚਾ ਸਕਦੇ ਜ਼ਹਿਰ ਰੂਪ ਜਿਹੜੇ ਵਿਕਾਰ ਨੇ ਮਾਇਆ ਮੋਹ ਹੈ ਉਹਨਾਂ ਨੂੰ ਪੋ ਵੀ ਨਹੀਂ ਸਕਦੇ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਮਹਾਰਾਜ ਜੀ ਕੰਦਨ ਨੇ ਇਹ ਐਸੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਉਨ੍ਹਾਂ ਦੀ ਪ੍ਰੀਤ ਉਸ ਵਾਹਿਗੁਰੂ ਨਾਲ ਬਣ ਜਾਂਦੀ ਹੈ ਜਿਸ ਵਾਹਿਗੁਰੂ ਤੋਂ ਮਨੁੱਖ ਪੈਦਾ ਹੋਇਆ ਹੈ ਸਾਰੀ ਸ੍ਰਿਸ਼ਟੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਕਾਇਨਾਤ ਵਾਹਿਗੁਰੂ ਤੋਂ ਪੈਦਾ ਹੋਈ ਹੈ ਵਾਹਿਗੁਰੂ ਨੇ ਆਪਣੇ ਵਿੱਚੋਂ ਹੀ ਇਹਨਾਂ ਨੂੰ ਪੈਦਾ ਕੀਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪੂਰੀ ਸ੍ਰਿਸ਼ਟੀ ਨੂੰ ਸਾਨੂੰ ਵੀ ਇਸ ਪ੍ਰਕਾਰ ਮਨੁੱਖ ਵੀ ਵਾਹਿਗੁਰੂ ਦੇ ਵਿੱਚੋਂ ਉਪਜਿਆ ਹੈ ਤੇ ਸੱਚੀ ਪ੍ਰੀਤ ਸਮਾ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵਾਹਿਗੁਰੂ ਦੇ ਨਾਲ ਸੱਚੀ ਪ੍ਰੀਤ ਪੈ ਜਾਂਦੀ ਹੈ ਜਿਹੜੇ ਮਨੁੱਖ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆਹ ਜਿਨ੍ਹਾਂ ਨੂੰ ਵਾਹਿਗੁਰੂ ਨੇ ਹੱਥ ਪਕੜ ਕੇ ਆਪਣਾ ਬਣਾਇਆ ਹੈ ਉਹ ਫਿਰ ਦੁਬਾਰਾ ਵਾਹਿਗੁਰੂ ਤੋਂ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਇਸ ਅਵਸਥਾ ਤੱਕ ਪਹੁੰਚਿਆ ਜਾਂਦਾ ਹੈ ਬਿਨਾ ਉਸ ਤੋਂ ਵਾਹਿਗੁਰੂ ਦੀ ਕਿਰਪਾ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਤੇ ਜਸਤੇ ਵਾਹਿਗੁਰੂ ਕਿਰਪਾ ਕਰਦੇਵੇ ਹੱਥ ਫੜ ਲਵੇ ਇੱਕ ਵਾਰ ਦੁਬਾਰਾ ਉਸ ਨੂੰ ਛੱਡਦਾ ਨਹੀਂ ਦੁਬਾਰਾ ਉਸ ਦਾ ਪਾਰ ਬ੍ਰਹਮ ਦੇ ਨਾਲ ਵਿਛੋੜਾ ਨਹੀਂ ਪੈਂਦਾ ਵਾਹਿਗੁਰੂ ਦੇ ਨਾਲ ਵਿਛੋੜਾ ਨਹੀਂ ਪੈਂਦਾ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰੂ ਗੁਰੂ ਅਰਜਨ ਸਾਹਿਬ ਜੀ ਅੱਗੇ ਕਿਰਪਾ ਕਰਦੇ ਨੇ ਬਾਰ ਜਾਓ ਲਖ ਬੇਰੀਆਂ ਹਰ ਸੱਜਮ ਸੱਜਣ ਅਗਮਗਾਹ ਮਹਾਰਾਜ ਜੀ ਕਹਿੰਦ ਨੇ ਮੈਂ ਲੱਖ ਵਾਰੀ ਵਾਹਿਗੁਰੂ ਤੋਂ ਬਲਹਾਰ ਜਾਂਦਾ ਹਾਂ ਕਿਉਂਕਿ ਗੁਰੂ ਪਿਆਰੀ ਸਾ ਸੰਗਤ ਜੀ ਬਲੇਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੀ ਆਪਣੇ ਗੁਰੂ ਤੋਂ ਲੱਖ ਵਾਰ ਮਹਾਰਾਜ ਜੀ ਕਹਿੰਦੇ ਨੇ ਸਦਵਾਰ ਸਦਾ ਲਈ ਜਿਹੜਾ ਹੈ ਇਸ ਦੇ ਅਰਥ ਕਈ ਵਿਦਵਾਨਾਂ ਨੇ ਸਵਾਰ ਕੀਤੇ ਨੇ ਕਦੇ ਕਈਆਂ ਨੇ ਸਦਵਾਰ ਕੀਤੇ ਨੇ ਮਹਾਰਾਜ ਜੀ ਕਹਿੰਦੇ ਨੇ ਭਾਈ ਅਸੀਂ 100 ਵਾਰੀ ਦਿਹਾੜੀ ਦੇ ਵਿੱਚ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜਿਸਨੇ ਮਾਨਸਾ ਤੋਂ ਦੇਵਤੇ ਬਣਾਉਣ ਵੇਲੇ ਮਨੁੱਖਾਂ ਤੋਂ ਦੇਵਤੇ ਬਣਾਉਣ ਵੇਲੇ ਇੱਕ ਖਿੰਦ ਦਾ ਸਮਾਂ ਵੀ ਨਹੀਂ ਲਾਇਆ ਐਲੀ ਵਾਰ ਗੁਰੂ ਪਿਆਰੀ ਸਾ社 ਸੰਗਤ ਜੀ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਪਰ ਕਰਤਨਾ ਲਾਗੀ ਵਾਰ ਪਹਿਲੀ ਵਾਰ ਦਾ ਅਰਥ ਹੈ ਇਨੀ ਵਾਰੀ ਤੇ ਦੂਜੀ ਵਾਰ ਦਾ ਅਰਥ ਹੈ ਜਰਾ ਵੀ ਸਮਾਂ ਨਹੀਂ ਲਾਇਆ ਇਸੇ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਉਸ ਵਾਹਿਗੁਰੂ ਤੋਂ ਲੱਖ ਵਾਰੀ ਜਿਹੜਾ ਹੈ ਬਲਿਹਾਰ ਜਾਂਦਾ ਹਾਂ ਹਰ ਸੱਜਣ ਅਗਮ ਗਾਹ ਉਹ ਵਾਹਿਗੁਰੂ ਕਿਸ ਤੋਂ ਜਾਂਦਾ ਹਾਂ ਕਿਸ ਤੋਂ ਉਹ ਜਿਹੜਾ ਵਾਹਿਗੁਰੂ ਸੱਜਣ ਹੈ ਸਭਨਾ ਦਾ ਮਿੱਤਰ ਹੈ ਵਾਹਿਗੁਰੂ ਇਕੱਲਾ ਇੱਕ ਆਗਮ ਉਸ ਤੋਂ ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ ਅਗਾਹੋ ਦਾ ਥਾ ਕੋਈ ਨਹੀਂ ਗੁਰੂ ਪਿਆਰੀ ਸਾ ਸੰਗਤ ਜੀ ਉਸ ਦਾ ਅੰਤ ਨਹੀਂ ਇੰਦਰੀਆਂ ਤੱਕ ਇੰਦਰੀਆਂ ਦੀ ਪਹੁੰਚ ਉਸ ਵਾਹਿਗੁਰੂ ਤੱਕ ਨਹੀਂ ਪਰ ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ ਹਾਂ ਕੇਵਲ ਨਾਮ ਦੇ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ ਉਸ ਦੀ ਕਿਰਪਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਐਸੇ ਸਤਿਗੁਰੂ ਤੋਂ ਮੈਂ ਬਲਿਹਾਰ ਜਾਂਦਾ ਹਾਂ ਸ਼ਰਮਪਈ ਨਾਰਾਇਣ ਨਾਨਕ ਦਰਪਈਆ ਮਹਾਰਾਜ ਜੀ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਲਾਜ ਜਿੱਤ ਪਤ ਰੱਖਣੀ ਪੈਂਦੀ ਹੈ ਜਿਹੜਾ ਉਸ ਦੇ ਦਰ ਤੇ ਆ ਜਾਵੇ ਕਿਉਂਕਿ ਉਸ ਵਾਹਿਗੁਰੂ ਨਾਰਾਇਣ ਦਾ ਮੋਢ ਕਦੀਮਾ ਤੋਂ ਸੁਭਾਅ ਹੈ ਦਰ ਪਏ ਦੀ ਲਾਜ ਰੱਖਣੀ ਜਿਹੜਾ ਦਰ ਪੈ ਗਿਆ ਉਸ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਦੇ ਦਰ ਦੇ ਉੱਤੇ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਦੀ ਲਾਜ ਵਾਹਿਗੁਰੂ ਨੂੰ ਰੱਖਣੀ ਪੈਂਦੀ ਹੈ ਉਸ ਦਾ ਮੋਢ ਕਦੀਮਾ ਦਾ ਗੁਰੂ ਪਿਆਰੀ ਸਾਧ ਸੰਗਤ ਜੀ ਸੁਭਾਅ ਹੀ ਹੈ ਉਹ ਘ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਮਹਾਰਾਜ ਜੀ ਕਹਿੰਦੇ ਨੇ ਪੋ ਦਾ ਮਹੀਨਾ ਉਹਨਾਂ ਵਾਸਤੇ ਸੋਹਣਾ ਹੈ ਉਹਨਾਂ ਵਾਸਤੇ ਪੋ ਦੇ ਮਹੀਨੇ ਵਿੱਚ ਸਾਰੇ ਸੁਖ ਨੇ ਜਿਸ ਬਖਸ਼ੇ ਵੇ ਪ੍ਰਵਾਹ ਜਿਨ੍ਹਾਂ ਤੇ ਉਸ ਵੇ ਪ੍ਰਵਾਹ ਵਾਹਿਗੁਰੂ ਦੀ ਬਖਸ਼ਿਸ਼ ਹੋਏ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਬੇਪਰਵਾਹ ਹੈ ਉਸ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਜੈਸ ਵਾਹਿਗੁਰੂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਉਸ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਜੇ ਸੁੱਤੇ ਹੋ ਜਾਵੇ ਗੁਰੂ ਪਿਆਰੀ ਸਾ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਲਈ ਹੀ ਉਹ ਦਾ ਮਹੀਨਾ ਸੋਹਣਾ ਲੱਗਦਾ ਹੈ ਉਹਨਾਂ ਨੂੰ ਹੀ ਪੂਰਾ ਮਹੀਨਾ ਸੋਹਣਾ ਤੇ ਸੁੱਖਾਂ ਨਾਲ ਭਰਪੂਰ ਲੱਗਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਸ਼ਹੀਦੀ ਦਿਹਾੜੇ ਆ ਰਹੇ ਨੇ ਛੋਟੇ ਸਾਹਿਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਵੱਡੇ ਸਾਹਿਬ ਜਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 17 ਤਰੀਕ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਜਿੰਨਿਆਂ ਦੇ ਅਸੀਂ ਸ਼ਹੀਦੀ ਦਿਹਾੜੇ ਮਨਾਉਣੇ ਨੇ ਇਹਨਾਂ ਦੀ ਅਵਸਥਾ ਇਹੋ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਵਾਹਿਗੁਰੂ ਦੇ ਨਾਲ ਇੱਕਮਿਕ ਹੋਏ ਨੇ ਇਹਨਾਂ ਨੂੰ ਦੁੱਖ ਸੁੱਖ ਨਹੀਂ ਵਿਆਪਦੇ ਇਹਨਾਂ ਦੀ ਪਹੁੰਚ ਵਾਹਿਗੁਰੂ ਤੱਕ ਹੈ ਨਾਮ ਦੇ ਕਰਕੇ ਬਣੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਲ ਜੁੜੇ ਜੁੜੇ ਹੋਏ ਨੇ ਤੇ ਇਹਨਾਂ ਵਾਲੀ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੇ ਦੁੱਖਾਂ ਦੇ ਵਿੱਚ ਵੀ ਉਹ ਦਾ ਮਹੀਨਾ ਸੁੱਖਾਂ ਪਰਿਆ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਅਕੀਦੇ ਤੋਂ ਡੋਲੇ ਨਹੀਂ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਛੋਟੀਆਂ-ਛੋਟੀਆਂ ਉਮਰਾਂ ਸਨ ਸਿੰਘ ਭੁੱਖੇ ਪਾਣੇ ਸਨ ਕਿੰਨੇ ਚਿਰ ਦੇ ਫਿਰ ਵੀ ਮਹਾਰਾਜ ਦੇ ਲਈ ਲੜਦੇ ਰਹੇ ਇਸ ਤੋਂ ਵੱਡੀ ਕੋਈ ਕਾਮਯਾਬੀ ਨਹੀਂ ਹੋ ਸਕਦੀ ਗੁਰੂ ਪਿਆਰੀ ਸਾਸ ਸੰਗਤ ਜੀ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਸਤਗੁਰੂ ਜੀ ਬਖਸ਼ਣ ਹਾਰ ਨੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ